ਜੇ ਉਹਨੇ ਕਾਂਗਰਸ ਦੇ ਨਾਲ ਲੱਗੇ ਆ ਇਹਨੂੰ ਗਲਤਾ ਕਹਿੰਦੇ ਕਿ ਪੰਥ ਦੀ ਸਾਈਕੀ ਕੀ ਆ ਤੇ ਤੁਸੀਂ ਗਲਤਾ ਕਹਿੰਦੇ ਜੇ ਤੁਸੀਂ ਕਾਂਗਰਸ ਨੂੰ ਸਮਝਾਓਗੇ ਨਹੀਂ ਪੰਥ ਦੀ ਸਾਈਕੀ ਤੇ ਤੁਹਾਡੇ ਉਹਦੇ ਨਾਲ ਰਹਿਣ ਦਾ ਫਾਇਦਾ ਨਹੀਂ ਅਸੀਂ ਨਾ ਕੋਈ ਕਾਂਗਰਸ ਉਹਨਾਂ ਨੂੰ ਸਮਝਾਉਣੀ ਚਾਹੀਦੀ ਚੀਮਾ ਸਾਹਿਬ ਵੀ ਇਹ ਜਿਹੜੇ ਇਸ਼ੂ ਨੇ ਪੰਥ ਦੇ ਇਹਨੂੰ ਕਾਂਗਰਸ ਨੂੰ ਕਿੱਦਾਂ ਡੀਲ ਕਰਨੀ ਚਾਹੀਦੀ ਅਸੀਂ ਬਿਲਕੁਲ ਨਹੀਂ ਅਸੀਂ ਉਹਨਾਂ ਦੇ ਐਡਵਾਈਜ਼ਰ ਪੰਥਕ ਇਸ਼ੂਸ ਤੇ ਪੰਚ ਪ੍ਰਧਾਨੀ ਵਾਲੇ ਨੇ ਇੱਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ ਤੁਸੀਂ ਇੱਕ ਮਿੰਟ ਆ ਜਿਹੜੀ 2003 ਦੀ ਨੋਟੀਫਿਕੇਸ਼ਨ ਹੋਈ ਆ ਬਿਲੋਂਗ ਕਰਦੀ ਹੈ ਜਿਹੜੀ ਸੰਤਾਂ ਦੀ ਜਿਹੜੀ ਸੋਚ ਸੀਗੀ ਉਸ ਧਿਰ ਨਾਲ ਬਿਲੋਂਗ ਕਰਦੀ ਉਸ ਧਿਰ ਨੂੰ ਇਹਨਾਂ ਨੇ ਆਪਣੇ ਵੱਲ ਨੂੰ ਖਿੱਚਣ ਲਈ ਉਹ ਕੰਮ ਕਰਾਇਆ ਬਲੈਕ ਲਿਸਟ ਜਿਹੜੀ ਹੈ ਉਹਦੇ ਵਿੱਚ ਨਾ ਕਢਾਇਆ ਤੁਸੀਂ ਸੋਚਦੇ ਵੀ ਉਹ ਵੀ ਇਹਨਾਂ ਨੂੰ ਬੈਨੀਫਿਟ ਦੇਣ ਵਾਸਤੇ ਕੀਤਾ ਇਹਨਾਂ ਨੂੰ ਬੈਨੀਫਿਟ ਦੇਣ ਵਾਸਤੇ ਸਾਨੂੰ ਕਹਦਾ ਬੈਨੀਫਿਟ ਜਿਹੜੇ ਬੰਦੇ ਮਾਹੌਲ ਬਣ ਗਿਆ ਵੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਿਪੀਟ ਹੋਣ ਦਾ ਇਸ ਕਰਕੇ ਚੀਮਾ ਸਾਹਿਬ ਨੂੰ ਲੱਗਦਾ ਵੀ ਸਾਰਾ ਕੁਛ ਕਾਂਗਰਸ ਨੇ ਆਪ ਹੀ ਕਰਤਾ ਰਾਣੂ ਜੀ ਇਹ ਜੋ ਵੀ ਹੋਇਆ ਪਿਛਲੇ 2 ਦਿਨ ਚ ਇਹਦਾ ਜਿਹੜਾ ਸਿਹਰਾ ਵਾ ਉਹ ਤੁਹਾਡੇ ਸਿਰ ਤੇ ਬੰਨਿਆ ਜਾ ਰਿਹਾ ਵਾ ਵੀ ਇਹ ਤੁਸੀਂ ਸਾਰੀ ਗੜਬੜ ਕਰਾਈ ਆ ਔਰ ਮੈਂ ਮਾਫੀ ਚਾਹੁੰਦਾ ਜੀ ਇਹ ਐਸਾ ਐਲੀਗੇਸ਼ਨ ਮੇਰੇ ਤੇ ਨਾ ਲਾ ਜਾਵੇ ਬਿਕੋਜ਼ ਮੈਂ ਇੱਕ ਗੱਲ ਜ਼ਰੂਰ ਕਹਿਣਾ ਕਿ ਸਾਡਾ ਤਾਂ ਲੀਗਲ ਇਸ਼ੂ ਅਸੀਂ ਚੈਲੰਜ ਕੀਤਾ ਹੋਇਆ 2003 ਤੋਂ ਅੱਜ ਵੀ ਅਸੀਂ ਜਮਾਤੀ ਲੜਾਈ ਲੜ ਰਹੇ ਹਾਂ ਕੋਈ ਜਾਤੀ ਲੜਾਈ ਨਹੀਂ ਹੈਗੀ ਇਹ ਨਹੀਂ ਹੈਗਾ ਕਿ ਵੋਟ ਪਾਉਣ ਦਾ ਅਧਿਕਾਰ ਅਗਰ ਮੈਨੂੰ ਮਿਲ ਜਾਂਦਾ ਤਾਂ ਮੈਂ ਕੋਈ SGPC ਮੈਂਬਰ ਬਣ ਜਾਊਂਗਾ ਮੇਰਾ ਕੋਈ ਗੁਰਦੁਆਰਾ ਤੇ ਕੰਟਰੋਲ ਹੋ ਜਾਏਗਾ ਨਾਟ ਐਟ ਆਲ ਹੁਣ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਇਹ ਜਿਹੜਾ ਆਰਡਰ ਆਇਆ ਇਸ ਆਰਡਰ ਦੇ ਵਿੱਚ ਸਾਡੇ ਵਕੀਲਾਂ ਨੇ ਤਾਂ ਬਹਿਸ ਕੀਤੀ ਹੈ ਠੀਕ ਹੈ ਅਗਰ ਕੋਈ ਇਦਾਂ ਦੀ ਗੱਲਬਾਤ ਸਾਹਮਣੇ ਆਈ ਹੈ ਜੋ ਤੁਸੀਂ ਸਾਨੂੰ ਦਿਖਾਇਆ ਤੇ ਅਗਰ ਐਸੀ ਵੀ ਕੋਈ ਗੱਲ ਹੈ ਕੱਲ ਨੂੰ CMB ਇਹ ਪਾ ਦਿੰਦੀ ਹੈ ਕੇਂਦਰ ਸਰਕਾਰ ਤਾਂ ਅਸੀਂ ਤਾਂ ਪਹਿਲੇ ਕਹਿੰਦੇ ਵੀ ਇਹਨੂੰ ਮੈਰਿਟ ਤੇ ਡਿਸਾਈਡ ਕਰ ਦੇਵੇ ਕੋਰਟ ਅਗਰ ਕੋਰਟ ਮੈਰਿਟ ਤੇ ਡਿਸਾਈਡ ਕਰ ਦਿੰਦੀ ਹੈ ਤਾਂ ਵੀ ਇਹ ਸਾਡੇ ਹੱਕ 'ਚ ਹੀ ਜਾਣਾ ਸਾਨੂੰ ਪੂਰਨ ਵਿਸ਼ਵਾਸ ਹੈ ਜੁਡੀਸ਼ਰੀ ਦੇ ਉੱਪਰ ਫਿਰ ਵੀ ਇਹੀ ਗੱਲ ਹੋ ਜਾਣੀ ਹੈ ਹਾਂ ਇੱਕ ਗੱਲ ਜ਼ਰੂਰ ਸਾਹਮਣੇ ਆ ਗਈ ਹੈ ਇਹਨਾਂ ਦੀ ਸਾਰੀ ਡਿਸਕਸ਼ਨ ਤੋਂ ਹਾਲਾਤ ਦੇਖ ਕੇ ਹੋਏ ਪੰਜਾਬ ਦੇ ਔਰ ਸੈਂਟਰ ਦੀਆਂ ਜੋ ਹਰਕਤਾਂ ਦੇਖਦੇ ਹੋਏ ਮੈਂ ਇੰਡੀਪੈਂਡੈਂਟਲੀ ਦੱਸਣਾ ਚਾਹੁੰਦਾ ਕਿ ਸਹਿਜਧਾਰੀ ਸਿੱਖ ਫੈਡਰੇਸ਼ਨ ਔਰ ਸਹਿਜਧਾਰੀ ਸਿੱਖ ਪਾਰਟੀ ਇੱਕ ਇੰਡੀਪੈਂਡੈਂਟ ਰਜਿਸਟਰਡ ਪੋਲੀਟੀਕਲ ਪਾਰਟੀ ਹੈ ਸਾਡਾ ਇਹਨਾਂ ਨਾਲ ਕੋਈ ਲੈਣ ਦੇਣ ਨਹੀਂ ਪਰ ਇੱਕ ਗੱਲ ਸਾਨੂੰ ਸਾਹਮਣੇ ਆ ਗਈ ਹੈ ਕਿ ਵਿਧਾਨ ਸਭਾ ਚੋਣਾਂ ਤੋਂ 6 ਮਹੀਨੇ ਪਹਿਲਾਂ ਵਿਧਾਨ ਸਭਾ ਦੀਆਂ SGPC ਦੀਆਂ ਚੋਣਾਂ ਕਰਾਉਣੀਆਂ ਇਹ ਵੀ ਕੇਂਦਰ ਦਾ ਇੱਕ ਮਤਲਬ ਕਿ ਸਪੋਰਟ ਕਰਨਾ ਇਨਡਾਇਰੈਕਟਲੀ ਅਕਾਲੀ ਦਲ ਨੂੰ ਇਹ ਬਿਲਕੁਲ ਸਾਬਤ ਹੁੰਦਾ ਦੂਸਰੀ ਗੱਲ ਸਾਬਤ ਜੇ ਮਰਜ਼ੀ ਕਰੀ ਜੇ ਹੁਣ ਸਾਡੇ ਵੀ ਕਹੂਗਾ ਵੀ ਤੁਸੀਂ ਸ਼ਾਇਦ ਪੁਰਾਣੇ BJP ਦੇ ਵਰਕਰ ਜੇ ਤੋ ਇਸ ਕਰਕੇ ਇਹ BJP ਔਰ ਅਕਾਲੀ ਦਲ ਇਕੱਠੇ ਹੀ ਹੈਗੇ ਤੇ ਜੋ ਵੀ ਹੋਇਆ ਵਾ ਇਹ ਸ਼ਾਇਦ ਇਹਨਾਂ ਨੂੰ ਬੈਨੀਫਿਟ ਦੇਣ ਕਰਕੇ ਹੋਇਆ ਕੋਈ ਵੀ ਅੰਦਾਜ਼ਾ ਲਾ ਲਓ ਮੈਂ ਇੱਥੇ ਇੱਕ ਗੱਲ ਕਹਿਣੀ ਚਾਹਾਂਗਾ ਕਿ ਜਿਸ ਤਰ੍ਹਾਂ ਇਹ ਕੱਲ ਆਰਡਰ ਹੋਇਆ ਵਿਡਰਾਲ ਹੋਈ ਫਿਰ ਚਿਦੰਬਰਮ ਸਾਹਿਬ ਦਾ ਬਿਆਨ ਆਣਾ ਯੂ-ਟਰਨ ਮਾਰਨਾ ਇੱਕ ਹੋ ਸਕਦਾ ਇਹਦੇ ਵਿੱਚ ਕੋਈ ਸਾਜ਼ਿਸ਼ ਹੋਵੇ ਮੈਂ ਇਹਨੂੰ ਡਿਨਾਈ ਨਹੀਂ ਕਰ ਸਕਦਾ ਪਰ ਇਹ ਸਾਰਾ ਮਾਮਲਾ ਅੱਜ ਦੀ ਡੇਟ ਵਿੱਚ ਤਾਂ ਇਹ ਖੜਾ ਅਦਾਲਤ ਦਾ ਫੈਸਲਾ ਆ ਚੁੱਕਿਆ ਮੈਂ ਮਾਫ ਕਰਨ ਇੱਕ ਗੱਲ ਜ਼ਰੂਰ ਦਿਖਾਣੀ ਚਾਹੁੰਦਾ ਮੇਰੇ ਕੋਲ ਇੱਕ ਆਰਡਰ ਦੀ ਕਾਪੀ ਹੈ ਜਿਹਦੇ 'ਚ ਓਮਕਾਰ ਸਿੰਘ ਬਟਾਲਵੀ ਜੀ ਦੇ ਵੀ ਮਤਲਬ ਕਿ ਪ੍ਰੈਜੈਂਸ ਹਾਜ਼ਰੀ ਲੱਗੀ ਹੋਈ ਹੈ ਅਗਰ ਇਹਨਾਂ ਨੂੰ ਉਸ ਵੇਲੇ ਕੋਈ ਇਹਦੇ 'ਤੇ ਇਤਰਾਜ਼ ਸੀ ਤਾਂ ਇਹਨਾਂ ਦਾ ਡਿਸੈਂਟ ਨੋਟ ਵੀ ਆਉਣਾ ਚਾਹੀਦਾ ਸੀ ਕੋਰਟ ਦੇ ਵਿੱਚ ਚਲੋ ਇਹ ਵੀ ਛੱਡ ਦਈਏ ਆਪਾਂ ਤਾਂ ਮਤਲਬ ਲੀਗਲੀ ਅੱਜ ਦੀ ਡੇਟ ਵਿੱਚ ਸਾਡਾ ਇਸ਼ੂ ਸਟੈਂਡ ਕਰਦਾ ਅਸੀਂ ਤਾਂ ਮਾਨਯੋਗ ਅਦਾਲਤ 'ਤੇ ਅੱਜ ਵੀ ਭਰੋਸਾ ਰੱਖਦੇ ਔਰ ਸਾਨੂੰ ਉਮੀਦ ਹੈ ਕਿ ਅਗਰ ਕੱਲ੍ਹ ਨੂੰ ਪਟੀਸ਼ਨ ਆਉਂਦੀ ਵੀ ਐਡਵਾਂਸਲ ਸੀ ਉਹਨੂੰ ਵੀ ਉੱਠ ਕੇ ਉੱਥੇ ਓਬਜੈਕਟ ਕਰਨੀ ਚਾਹੀਦੀ ਸੀਗਾ ਅਮਰਿੰਦਰ ਸਿੰਘ ਸਪੋਰਟ ਕਰਦੇ ਆ ਕਿਸੇ ਨੂੰ ਕੋਈ ਦੂਸਰਾ ਕਰਦਾ ਹੈ ਅਲਟੀਮੇਟਲੀ ਸਾਰਿਆਂ ਦੀ ਗੇਮ ਰਾਣੂ ਜੀ ਪੁਰਾਣੇ BJP ਦੇ ਵਰਕਰ 2003 ਸੀਗੀ ਉਸ ਤੋਂ ਬਾਅਦ ਇੱਕ ਇਲੈਕਸ਼ਨ ਵੀ ਹੋ ਗਈ SGPC ਦੀ ਉਹ 7 ਸਾਲ ਦਾ ਹਾਊਸ ਵੀ ਪੂਰਾ ਹੋ ਗਿਆ ਉਦੋਂ ਕਿਸੇ ਨੂੰ ਚੇਤਾ ਨਹੀਂ ਸੀ ਹਾਂਜੀ ਰਾਣੂ ਕੀ ਕਹਿ ਰਹੇ ਤੁਸੀਂ ਜਦੋਂ ਇਲੈਕਸ਼ਨ ਹੋਣ ਦਾ ਮਸਲਾ ਆਇਆ ਤੇ ਸਾਰੀ ਐਕਟੀਵਿਟੀ ਸ਼ੁਰੂ ਅਸੀਂ ਤਾਂ ਦੇਖੋ ਅਗਰ ਅਸੀਂ ਉਹਨਾਂ ਦੇ ਹੱਕ 'ਚ ਹੁੰਦੇ ਅਸੀਂ ਕਹਿੰਦੇ ਸਾਡੇ ਵਕੀਲ ਸਾਹਿਬ ਕਹਿੰਦੇ ਕਿ ਜੀ ਹੁਣ ਇਲੈਕਸ਼ਨਾਂ ਦਾ ਵੀ ਵਿੱਚ ਲਿਖ ਦਿਓ 2 ਲਾਈਨਾਂ ਕਿ ਇਲੈਕਸ਼ਨ ਪ੍ਰੋਸੈਸ ਸਟਾਪ ਕਰ ਦਿੱਤਾ ਜਾਵੇ ਇਹਨਾਂ ਨੂੰ ਕੰਟੈਂਪਟ ਮੂਵ ਕਰਨੀ ਚਾਹੀਦੀ ਹੈ ਕੱਲ ਦੇ ਕੇਸ 'ਚ ਵੀ ਵਿਲ ਗੋ ਇਹਨਾਂ ਨੂੰ ਕੰਟੈਂਪਟ ਮੂਵ ਕਰਨੀ ਚਾਹੀਦੀ ਹੈ ਹੁਣ ਕੀ ਕੋਰਸ ਆਫ ਐਕਸ਼ਨ ਕੀ ਲੈਣਾ ਚਾਹੀਦਾ ਮੈਂ ਇਸ ਦੇ ਹੁਣੇ ਆ ਰਿਹਾ ਵਾਂ ਵਾਟ ਹੈਪਨਡ ਯੈਸਟਰਡੇ ਵਾਸ ਕਨਫਿਊਜ਼ਿੰਗ ਇਨਫ ਐਂਡ ਟੁਡੇਜ਼ ਡਿਵੈਲਪਮੈਂਟਸ ਹੈਵ ਕੰਪਾਊਂਡਡ ਦੀ ਕਨਫਿਊਜ਼ਨ ਐਜ਼ ਆਫ ਨਾਓ ਇਟ ਅਪੀਅਰਸ ਦੀ SGPC ਪੋਲਸ ਵਿਲ ਬੀ ਹੈਲਡ ਔਨ ਸੈਪਟੈਂਬਰ 18 ਬਟ ਨਾਓ ਵਾਟ ਹੈਪਨਸ ਵਿਦ ਪਟੀਸ਼ਨ
which was disposed of as infructuous in view of the statement made by Harbhagwan Singh in the High Court on behalf of the Union of India. Ranu ji, sir, hun is to baad next course of action tada ki hai? Sir, sada jada next course of action hai ga, oh hi hai ki we are waiting for the Home Ministry to come into the court and set aside this order. A order set aside hove, ya ho te aake koi ek rule hai, ke agar unhan review paane ga sada wakil nuhu bakaida, apne ek jadi advance copy ho serve karenge, os vakt asi apna jawab. Inna di take Home Ministry te hai? डिवेलपमेंट हो और असी हर भगवान जी दे या गलबात आउन तो पहले दी गल है मॉर्निंग आवर्स दी गल है असी गुरुद्वारा कमिश्नर ने कहा कि आ साडे ऑर्डर्स ने और इन्हां दे मुताबिक साडा वोट अधिकार बहाल होया हैगा उन्होंने की किया वा उन्होंने कहा भी आई हैव रिसीव्ड दिस ऑर्डर जस्ट नाउ फ्रॉम यू एंड आई एम एग्जामिनिंग दी इनू ओ क्योंकि रिटायर्ड जज ने उन्होंने एग्जामिन करना एंड डेफिनेटली दे विल गो अकॉर्डिंग टू द लॉ एंड वन थिंग मोर आई वांट टू से कि कानून तो ऊपर कोई चीज नहीं है अगर ये कोई धोखा होया तो ये साडे नाल नहीं होया ये हाई कोर्ट के जजेस ने धोखा किया गया चाहे वह केंद्र सरकार ने किया चाहे किसी होर सरकार ने किया जजेस के नाल जे धोखा होया हाई कोर्ट के जजेस ने धोखा होया तो फिर की एक्शन होना चाहिए सर डेफिनेटली द परसन शुड बी पेनलाइज उन्होंने सजा होनी चाहिए उन्होंने परचे दर्ज होने चाहिए और सानू साडा हक मिलना चाहिए जो असीं रो रहे हैं हरपाल जी हरपाल जी ये जो मंगया जा रहा वा भी जो गिल्टी है सारे दे विच जिन्होंने साजिश की है सजा मिलनी चाहिए उन्होंने अरेस्ट होनी चाहिए है तुसी वे मानते जी मैं बिल्कुल मानता है गल पर मैं नाल दी नाल एक गल इन्होंने जरूर कहना चाहना अपना चीमा साहब नूं पे चीमा साहब तुसी अपनियां विरोधी धिरां नूं कांग्रेस के एजेंट तुसी दसो श्रोमणी गुरुद्वारा प्रबंधक कमेटी दी चोणां चलदियां तुसी किसे ने कोई वधिया बयान लाया कि असी अपनी आने वाले चोण मैनीफेस्टो अपने आने वाले चोण मैनीफेस्टो दे विच असी गुरद्वारा प्रबंधक कमेटी दे विच आ सुधार करांगे जां इदां दीआं चीज़ां लैवांगे सारे जिन्हें भी इन्हां दे बयान ने तुसी सवेर पढ़ लो ही आ ये कांग्रेस दे पिट्ठू ने जी ये कांग्रेस दे ओह ने ओह बयानबाजी होंदी आ वैसे इन्हां दा मैनीफेस्टो बड़ा क्लियर हैगा वा नहीं साडा भी मैनीफेस्टो होगा जरूर तुसी दसो इन्हां दे इह जिहड़े बयान ने मैं ओह इह गल कहिणा कांग्रेस दे पिट्ठू कहिण च की तरह कार दे साडे नाल ही होगी बहुत वधिया जिद्दां दा छड के गए ने ओह इन्हां दे ओह कहिंदे जी कांग्रेस ने प्रणब मुखर्जी ने पैदा कीते है ये कीता वो कीता जिस भी जो बंदा है अपने आप नूं अज तक किसी भी अखबार ने कदे श्रोमणी अकाली दल बादल नूं पंथक नहीं लिखिया हमेशा ही जिहड़ियां दूजियां जथेबंदियां ने उन्हां नूं पंथक जथेबंदियां लिखिया जांदा है भाई गिटेल सिंह उन्होंने गल कही है कि इन्होंने जो पंथक एजेंडा वह कदों का छड दिता हुआ नहीं पर हुण ते नाल संत समाज भी नाल ही है ना इन्हां दे हुण और संत समाज ने भी इन्हां दा एजेंडा फॉलो किया है संत समाज ने भी हाँ जी डॉक्टर चीमा तुसीं कहण लगे सी कुछ देखो गल है भी अज भी गल उत्थे खड़ी है भी रानू साहब ये तो मानते हैं भी ये जो हाई कोर्ट के होया फ्रॉड होया लेकिन नाल दी नाल उस जजमेंट नूं लैके हाले भी ये चाहते हैं कि जिहड़ी साडा राइट है रिस्टोर किया जाए दो गल्लां नहीं हो सकदियां पर ओह ते जादा ठहरा इहनां वास्ते ते इह ते खुश होणगे जे ओह हो रहा जावे जदों तुसीं फ्राड मान रहे हो ते तुसीं ओहदे वास्ते पहलां कंटेंप्ट पिटीशन इहनां नूं फाइल करनी चाहीदी सी डेवलपमेंट्स उन्होंने नारे भी स्टेटमेंट है सर वी आर नॉट अगेंस्ट द डेट ऑफ द इलेक्शन असि कहने इलेक्शन होवे मैं चाहना कि इतनी सारे दी इनवॉल्व होनी चाहिए है एक तो यह कि बंदा केड़ा सी जिन्हें हरभगवान जी नूं उत्थों लिया के बाहर लैंदा उहदी आइडेंटिटी इमीडिएटली एस्टैबलिश होनी चाहिए है जे उन्हां नूं इह है कि पहचानदे नहीं तो उन्हां तों भावें रेखा चित्र बनवा लो चाहे सीसीटीवी कैमरे लगे है इमीडिएटली ये सारी चीज़ां
फ्रॉड होया ही नंगा हो सकता है जां तां पार्लीमेंट वाली गल गलत है जां हाई कोर्ट वाली गल गलत है आइदर केस दे विच क्राइम कमिट होया फ्रॉड कमिट होया इमीजिएटली केस रजिस्टर करके इहदी इन्वेस्टिगेशन जिहड़ी है हाई कोर्ट नूं अपनी सुपरविजन दे विच करवाउणी चाहीदी है और इहदी तह तक जाणा चाहीदा है इह छोटी गल नहीं है इह आम रूटीन दा कोई इनक्वायरी होणी चाहीदी किस तरह दी इनक्वायरी होणी चाहीदी है असीं तां कहिंदे जुडिशरी नूं आप करनी चाहीदी है चाहे सुप्रीम कोर्ट दा सिटिंग जज दी इनक्वायरी करे छोटी गल है कि इक हाई कोर्ट दे विच इक सीनियर एडवोकेट उठ के कह रिहा और हुण जिहड़ी उस तों बाद कहानी जिहड़ी है आलटूगैदर जिहड़ी है होम मिनिस्टर पार्लीमेंट दे विच आखरी गल कह रिहा जे सीबीआई इनक्वायरी करदे आ तां तुहानूं मंजूर है देखो असीं तां चाहुंदे आ जुडिशरी आप करे सीबीआई का भी जो ओवरऑल देश के हो रहा है वो आप सारे दे सामने है इस करके हाई कोर्ट दे विच होया तो असि जुडिशरी तुसी ते शायद चाहोगे भी विजिलेंस करे इनक्वायरी जुडिशरी दे विच सानू भरोसा है असि कहने यही करन असि क्यों कहने जुडिशरी दे विच सानू भरोसा है जुडिशरी आप दी इंडिपेंडेंटली इनक्वायरी करे और ये बहुत सीरियस केस है दजापी ये तय तक जाना चाहिए गुरतेज जी की होना चाहिए इनक्वायरी होनी चाहिए है या कंटेम्प्ट केस होना चाहिए वा या पुलिस केस बनना चाहिए पहली गल तो यह है जी कि हरभगवान सिंह बड़े सीनियर एडवोकेट हैं बजुर्ग आदमी उन्होंने लाइटली नहीं लिया जाना चाहिए उन्होंने यकीनन कोई ऑथराइजेशन है जिस आधार के उत्ते उन्होंने अपना एक केस जाके इस तरह प्लेट किया दूसरी गल यह है इनक्वायरी दसूगी भी वाकई ऑथराइजेशन है कि नहीं होम मिनिस्टर ने डिनाई करता भी ऑथराइजेशन ही नहीं होम मिनिस्टर ने अपने बिहाफ से किया एक नहीं उन्होंने कहा भी लॉ मिनिस्ट्री वालों भी होम मिनिस्टर ने कोई ऑथराइजेशन नहीं उसने उसने नहीं सी चिदंबरम का स्टेट्स में कभी भी वकालतनामा ऑथराइज चिदंबरम के बयान के बारे हरभगवान ने फिर किया कि वह पता नहीं की कह रहा लेकिन मैं ऑथराइजेशन है सो यह गल जी है आप लाइटली नहीं ले सकते दूसरी गल यह है कि जज साहबान ने उसकी जी कंटेंशन सी उसनू उस वेले एक्सैप्ट कर लिया अमूमन यह होंगे कि जज एसरटेन करते हैं दूसरे लोगों को कहना चाहिए हाँ benefited? Who was behind it all and then why the turnaround? Also, were the union ministries of law and home working at cross purposes? As of now, one is left wondering if it was a comedy of errors or a tragedy of sorts. With that, we end this edition of Prime. We meet again tomorrow with another issue. Good luck and goodbye.